ਅਸਲਾਮ ਅਲੈਕਮ ਅੱਜ ਬੁੱਧ ਦੇ ਰਮਜ਼ਾਨੁਲ ਮੁਬਾਰਕ ਦੀ 5 ਵਸਾਖ ਦੀ 16 ਤੇ ਅਪ੍ਰੈਲ ਦੀ 29 ਤਾਰੀਖ ਇਹ ਰੇਡੀਓ ਪਾਕਿਸਤਾਨ ਹੈ ਰੁਖਸਾਨਾ ਮਸ਼ਰਤ ਤੋਂ ਖਬਰਾਂ ਸੁਣੋ ਪਹਿਲਾਂ ਖਾਸ ਖਾਸ ਖਬਰਾਂ ਦਾ ਖੁਲਾਸਾ ਵਿਫਾਕੀ ਕਾਬੀਨਾ ਨੇ ਕਰੋਨਾ ਵਬਾਦੀ ਵਜ੍ਹਾ ਤੋਂ ਸ਼ਹੀਦ ਹੋਣ ਵਾਲੇ ਤਿੱਬੀ ਅਮਲੇ ਦੇ ਵਾਰਸਾਂ ਦੀ ਮਾਲੀ ਮਦਦ ਆਸਤੇ ਪੈਕੇਜ ਦੀ ਮਨਜ਼ੂਰੀ ਦਿੱਤੀ ਹੈ ਇਤਲਾਮਾ ਬਾਰੇ ਵਜ਼ੀਰ ਨੇ ਕਿਹਾ ਹੈ ਕਿ ਵਜ਼ੀਰ ਆਜ਼ਮ ਦੀ ਸੋਚ ਦੇ ਮੁਤਾਬਕ ਵਜ਼ਾਰਤ ਨੂੰ ਜਦੀਦ ਬਣਾਉਣਾ ਅਸਤੇ ਹਰ ਕਾਰਵਾਈ ਕੀਤੀ ਜਾਏਗੀ। ਸਦਰ ਨੇ ਲੋਕਾਂ ਉਤੇ ਜ਼ੋਰ ਦਿੱਤਾ ਹੈ ਕਿ ਉਹ ਕਰੋਨਾ ਵਬਾ ਉਤੇ ਕਾਬੂ ਪਾਣ ਲਈ ਆਪਣਾ ਕਿਰਦਾਰ ਅਦਾ ਕਰਨ। ਪਾਕਿਸਤਾਨ ਨੇ ਕੰਟਰੋਲ ਲਾਈਨ ਪਾਰ ਕਰਨ ਤੇ ਲਾਂਚਿੰਗ ਪੈਡਸ ਨੂੰ ਨਿਸ਼ਾਨਾ ਬਣਾਉਣ ਦੇ ਭਾਰਤੀ ਦਾਅਵੇ ਨੂੰ ਸਾਫ਼ ਤੌਰ ਤੇ ਗਲਤ ਕਰਾਰ ਦੇ ਦਿੱਤਾ ਹੈ। ਹੁਣ ਤੁਸੀਂ ਪੂਰੀਆਂ ਖਬਰਾਂ ਸੁਣੋ। ਵਿਫਾਕੀ ਕਾਬੀਨਾ ਨੇ ਕੋਰੋਨਾ ਵਾਇਰਸ ਦੀ ਵਬਾ ਦੀ ਵਜ੍ਹਾ ਤੋਂ ਸ਼ਹੀਦ ਹੋਣ ਵਾਲੇ ਤਿੱਬੀ ਅਮਲੇ ਦੇ ਵਾਰਸਾਂ ਦੀ ਮਦਦ ਲਈ ਇਮਤਾਦੀ ਪੈਕੇਜ ਦੀ ਮਨਜ਼ੂਰੀ ਦਿੱਤੀ ਹੈ ਇਹ ਫੈਸਲਾ ਇਸਲਾਮਾਬਾਦ ਦੇ ਵਿਜ਼ੀਰ ਆਜ਼ਮ ਇਮਰਾਨ ਖਾਨ ਦੀ ਸਦਾਰਤ ਵਿੱਚ ਹੋਏ ਵਿਫਾਕੀ ਕਾਬੀਨਾ ਦੇ اجلاس ਵਿੱਚ ਕੀਤਾ ਗਿਆ ਪੈਕੇਜ ਦੇ ਮੁਤਾਬਕ ਸ਼ਹੀਦ ਹੋਣ ਵਾਲੇ ਤਿੱਬੀ ਅਮਲੇ ਨੂੰ ਸ਼ਹਦਾ ਪੈਕੇਜ ਦੇ ਤਹਿਤ ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲਾ ਪੈਕੇਜ ਮਿਲੇਗਾ ਇਹ ਪੈਕੇਜ ਇਸਲਾਮਾਬਾਦ ਆਜ਼ਾਦ ਕਸ਼ਮੀਰ ਤੇ ਗਿਲਗਿਤ ਬਲਤਿਸਤਾਨ ਲਈ ਵੀ ਹੋਵੇਗਾ ਵਜ਼ੀਰ ਆਜ਼ਮ ਨੇ ਮੌਜੂਦਾ ਸੂਰਤ ਹਾਲ ਨੂੰ ਸਾਹਮਣੇ ਰੱਖਦਿਆਂ ਹੋਇਆਂ ਆਮ ਲੋਕਾਂ ਦੇ ਇਸਤੇਮਾਲ ਦੀਆਂ ਜ਼ਰੂਰੀ ਸ਼ੈਵਾਂ ਬਾਹਰ ਦੇ ਮੁਲਕੋਂ ਮੰਗਵਾਉਣ ਉੱਤੇ ਪਾਬੰਦੀ ਲਾਣ ਦੀ ਹਿਦਾਇਤ ਕੀਤੀ ਹੈ ਕਾਬੀਨਾ ਨੇ ਇਨਕੁਆਇਰੀ ਕਮਿਸ਼ਨ ਵੱਲੋਂ ਚੀਨੀ ਦੀ ਕੀਮਤਾਂ ਵਿੱਚ ਵਾਧੇ ਦੇ ਮੁਤਾਲਕ ਮਾਮਲੇ ਦੀ ਤਹਿਕੀਕਾਤੀ ਰਿਪੋਰਟ ਜਮ੍ਹਾਂ ਕਰਾਉਣ ਦੀ ਮੌਲਤ ਵਧਾਨ ਦੀ ਦਰਖਾਸਤ ਵੀ ਮਨਜ਼ੂਰ ਕਰ ਲਈ ਮਜ਼ੀਰ ਆਜ਼ਮ ਨੇ ਕਿਹਾ ਕਿ ਹਕੂਮਤ ਨੇ مالی ਵਸੀਲੇ ਪੈਦਾ ਕਰਨ ਲਈ ਵੱਡੇ ਸ਼ਹਿਰਾਂ ਵਿੱਚ ਮੌਜੂਦ ਸਰਕਾਰੀ ਜ਼ਮੀਨ ਸਮੁੰਦਰ ਪਾਰ ਪਾਕਿਸਤਾਨੀਆਂ ਨੂੰ ਦੇਣ ਦੀ ਮਨਸੂਬਾਬੰਦੀ ਕੀਤੀ ਹੈ ਮਜ਼ਦੂਰਾਂ ਲਈ ਪਹਿਲੇ ਮرحله 'ਚ 75 ਅਰਬ ਰੁਪਏ ਦੇ ਇਮਦਾਦੀ ਪੈਕੇਜ ਦੀ ਮਨਜ਼ੂਰੀ ਦੇਂਦਿਆਂ ਹੋਏ ਆਜ਼ਮ ਨੇ ਸਮਾਜੀ ਭਲਾਈ ਦੀ ਮੁਆਵਨ ਖਸੂਸੀ ਤੇ ਸਨਦ ਵਜ਼ੀਰ ਨੂੰ ਮਜ਼ਦੂਰਾਂ ਨੂੰ ਇਮਦਾਦ ਦੇਣ ਲਈ ਇੱਕ ਜਾਮੇ ਤਰੀਕਾਕਾਰ ਬਣਾਉਣ ਦੀ ਹਦਾਇਤ ਕੀਤੀ ਕੈਬਿਨਾ ਨੇ ਇਹ ਤਜਵੀਜ਼ ਵੀ ਮਨਜ਼ੂਰ ਕਰ ਲਈ ਤਕਸੀਮ ਜਾਂ ਤਰਸੀਲ ਦੇ ਜ਼ਰੀਏ ਬਿਜਲੀ ਜਾਂ ਗੈਸ ਫਰਾਮ ਕਰਨ ਵਾਲੀਆਂ ਕੰਪਨੀਆਂ ਕ੍ਰੈਡਿਟ ਬਿਊਰੋ ਦੀ ਰੁਕਣ ਹੋਣ ਗਿਆ ਕ੍ਰੈਡਿਡ ਬਿਊਰੋ ਐਕਟ 2015 ਦੇ ਤਹਿਤ ਮਾਲੂਮਾਤ ਫਰਾਮ ਕਰਨ ਗਿਆ ਕਬੀਨਾ ਨੇ ਵਿਫਾਕੀ ਹਕੂਮਤ ਵੱਲੋਂ ਸਹਾਫੀਆਂ ਤੇ ਸਹਾਫਤੀ ادارےਾਂ ਲਈ ਇਮਦਾਦੀ ਗ੍ਰਾਂਟ ਦੀ ਮਨਜ਼ੂਰੀ ਦੇਂਦਿਆਂ ਹੋਇਆਂ ਇਤਲਾਹਤ ਦੇ ਵਜ਼ੀਰ ਤੇ ਮੌਅਨ ਖੁਸੂਸੀ ਨੂੰ ਮੁਸਤਹਿਕ ਸਹਾਫੀਆਂ ਤੇ ਸਹਾਫਤੀ ادارےਾਂ ਵਿੱਚ ਗ੍ਰਾਂਟ ਦੀ ਤਕਸੀਮ ਲਈ ਤਰੀਕਾਕਾਰ ਬਣਾਉਣ ਲਈ ਕਿਆ ਕਬੀਨਾ ਨੇ ਕਲੋਰੋਕੈਨ ਖਾਮ ਮਾਲ ਮੰਗਵਾਨ ਲਈ ਜ਼ਾਬਤਾਕਾਰ ਦੀ ਮਨਜ਼ੂਰੀ ਵੀ ਦਿੱਤੀ ਇਤਲਾਮਾ ਤੇ ਨਸ਼ਰੀਆਤ ਦੇ ਵਿਫਾਕੀ ਵਜ਼ੀਰ ਸੈਦ ਅਸ਼ਬਲੀ ਫਰਾਜ਼ ਨੇ ਕਿਹਾ ਹੈ ਕਿ ਇਤਲਾਮਾ ਤੇ ਨਸ਼ਰੀਆਤ ਦੀ ਵਜ਼ਾਰਤ ਨੂੰ ਵਜ਼ੀਰ ਆਜ਼ਮ ਦੀ ਸੋਚ ਦੇ ਮੁਤਾਬਕ ਜਦੀਦ ਤਰੀਕੇ ਨਾਲ ਚਲਾਨ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਇੱਕ ਟਵੀਟ ਵਿੱਚ ਉਹਨਾਂ ਨੇ ਕਿਹਾ ਕਿ ਉਹ ਮੁਲਕ ਦਾ ਵਕਾਰ ਬਿਹਤਰ ਬਣਾਉਣ ਹਕੂਮਤ ਦੀਆਂ ਪਾਲਿਸੀਆਂ ਨੂੰ ਸਾਹਮਣੇ ਲਿਆਉਣ ਤੇ ਵਜ਼ਾਰਤ ਦੀ ਸਾਖ ਨੂੰ ਹੋਰ ਬਿਹਤਰ ਬਣਾਉਣ ਲਈ ਪੂਰੀ ਕੋਸ਼ਿਸ਼ ਕਰਨਗੇ ਉਹਨਾਂ ਕਿਹਾ ਕਿ ਉਹ ਹਕੂਮਤ ਤੇ ਮੀਡੀਆ ਵਿਚਕਾਰ ਪੁਲ ਦਾ ਕਿਰਦਾਰ ਅਦਾ ਕਰਨਗੇ ਉਹਨਾਂ ਇਹ ਜ਼ਿੰਮੇਵਾਰੀ ਦੇਣ ਉਤੇ ਵਜ਼ੀਰ ਆਜ਼ਮ ਇਮਰਾਨ ਖਾਨ ਦਾ ਸ਼ੁਕਰੀਆ ਅਦਾ ਕੀਤਾ ਸਦਰ ਡਾਕਟਰ ਆਰੀਫ ਅਲਵੀ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਆਪਣਾ ਕਿਰਦਾਰ ਅਦਾ ਕਰਨ ਉਹਨਾਂ ਇਹ ਗੱਲ ਰਾਵਲਪਿੰਡੀ ਵਿੱਚ ਕੌਮੀ ਅਸੈਂਬਲੀ ਦੇ ਮੈਂਬਰ ਆਮਿਰ ਮਹਿਮੂਦ ਕਿਆਨੀ ਨਾਲ ਹਲਕਾ ਐਨ ਇਕਾਰਡ ਦੀ ਕਈ ਮਸੀਤਾਂ ਦੇ ਦੌਰੇ ਵੇਲੇ ਆਖੀ ਸਦਰ ਨੇ ਨਮਾਜ਼ੀਆਂ ਨਮਾਜ਼ਾਂ ਤੇ ਤਰਾਵੀਆਂ ਵੇਲੇ ਮਸੀਤਾਂ ਦੀ ਇੰਤਜ਼ਾਮੀਆਂ ਵੱਲੋਂ ਹਿਫਾਜ਼ਤੀ ਤਦਬੀਰਾਂ ਦਾ ਜਾਇਜ਼ਾ ਲਿਆ ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਰੋਕਣ ਲਈ ਮਸੀਤਾਂ ਦੀ ਇੰਤਜ਼ਾਮੀਆਂ ਤੇ ਲੋਕਾਂ ਦੋਵਾਂ ਨੂੰ ਹਿਫਾਜ਼ਤੀ ਤਦਬੀਰਾਂ ਉੱਤੇ ਅਮਲ ਨੂੰ ਯਕੀਨੀ ਬਣਾਉਣਾ ਹੋਵੇਗਾ ਪਾਕਿਸਤਾਨ ਨੇ ਦਰ ਅੰਦਾਜ਼ੀ ਦੀਆਂ ਕੋਸ਼ਿਸ਼ਾਂ ਦੇ ਕੰਟਰੋਲ ਪਾਰੋਂ ਨਾਮ ਨਿਹਾਦ ਲਾਂਚਿੰਗ ਪੈਡਸ ਤੋਂ ਨਿਸ਼ਾਨਾ ਬਣਾਉਣ ਦੇ ਭਾਰਤੀ ਬੇਬੁਨਿਆਦ ਦਾਅਵੇ ਨੂੰ ਸਖਤੀ ਨਾਲ ਰੱਦ ਕਰ ਦਿੱਤਾ ਹੈ ਦਫਤਰ ਖਾਰਜਾ ਦੇ ਤਰਜਮਾਨ ਨੇ ਇੱਕ ਬਿਆਨ ਵਿੱਚ ਆਖਿਆ ਹੈ ਕਿ ਪਾਕਿਸਤਾਨ ਭਾਰਤ ਵੱਲੋਂ ਜਾਰੀ ਇਲਜ਼ਾਮਾਂ ਨੂੰ ਰੱਦ ਕਰਦਾ ਹੈ ਤੇ ਇਹ ਮਕਬੂਜ਼ਾ ਕਸ਼ਮੀਰ ਵਿੱਚ ਭਾਰਤ ਦੀ ریاਸਤੀ ਦਹਿਸ਼ਤਗਰਦੀ ਤੇ ਇਨਸਾਨੀ ਹਕੂਕ ਦੀ ਖਿਲਾਫ ਵਰਜ਼ੀਆਂ ਤੋਂ ਆਮੇ ਤਵੱਜੋ ਹਟਾਉਣ ਦੀ ਕੋਸ਼ਿਸ਼ ਏ ਤਰਜਮਾਨ ਨੇ ਭਾਰਤੀ ਵਜ਼ੀਰ-ਏ-ਦਿਫਾ ਦੇ ਇਸ਼ਤਿਆਲ ਅੰਗੇਸ਼ ਬਿਆਨਾਂ ਨੂੰ ਰੱਦ ਕਰਦਿਆਂ ਹੋਇਆਂ ਕਿਹਾ ਕਿ ਇਹਦੇ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਪ੍ਰੋਪਗੈਂਡਾ ਫਲਾ ਰਹੇ ਨੇ ਭਾਰਤੀ ਵਜ਼ੀਰ-ਏ-ਦਿਫਾ ਨੇ ਹਾਲੀ ਕੀ ਬਾਵੇਲਾ ਕਰਦਿਆਂ ਹੋਇਆਂ ਕਿਹਾ ਅਸੀਂ ਕਿ ਅਸੀਂ ਦੁਸ਼ਮਣ ਉਤੇ ਕਾਬੂ ਪਾ ਰਹੇ ਹਾਂ ਦਫ਼ਤਰ-ਏ-ਖਾਰਿਜਾ ਦੇ ਬਿਆਨਿਸ਼ ਕਿਹਾ ਗਿਆ ਹੈ ਕਿ ਭਾਰਤ ਇਨਾਂ ਇਲਜ਼ਾਮਾਂ ਨੂੰ ਝੂਠੇ ਫਲੈਗਸ਼ਿਪ ਆਪਰੇਸ਼ਨ ਲਈ ਬਹਾਨੇ ਦੇ ਤੌਰ ਤੇ ਇਸਤੇਮਾਲ ਕਰਨਾ ਚਾਹੁੰਦਾ ਹੈ ਪਾਕਿਸਤਾਨ ਆਲਮੀ ਬਰਾਦਰੀ ਨੂੰ ਇਸ ਕਿਸਮ ਦੇ ਵਾਕਿਆਂ ਬਾਰੇ ਦੱਸਦਾ ਰਹਿੰਦਾ ਹੈ ਤੇ ਭਾਰਤ ਨੂੰ ਖਬਰਦਾਰ ਕਰਦਾ ਹੈ ਕਿ ਉਹ ਪੈੜੇ ਇਰਾਦਿਆਂ ਤੋਂ ਬਾਸ ਰਵੇ ਤਰਜਮਾਨ ਨੇ ਬਿਆਨ ਵਿੱਚ ਕਿਹਾ ਕਿ ਭਾਰਤ ਦੇ ਪੈੜੇ ਇਰਾਦੇ ਖਿੱਤੇ ਦੇ ਅਮਨ ਲਈ ਖਤਰਾ ਨੇ ਪਾਕਿਸਤਾਨ ਤੇ ਕਸ਼ਮੀਰੀਆਂ ਨੇ ਮਾਜ਼ੀ ਵਿੱਚ ਭਾਰਤ ਦੀਆਂ ਸਾਜ਼ਿਸ਼ਾਂ ਨੂੰ ناکਾਮ ਬਣਾਇਆ ਹੈ ਤੇ ਉਹ ਮੁਸਤਕਬਲ ਵਿੱਚ ਵੀ ਇੰਜੀ ਕਰਦਾ ਰਹੇਗਾ ਬਿਆਨ ਵਿੱਚ ਖਬਰਦਾਰ ਕੀਤਾ ਗਿਆ ਕਿ ਭਾਰਤ ਪਾਕਿਸਤਾਨ ਦੇ ਲੋਕਾਂ ਤੇ ਮਸੱਲਾ ਫੌਜਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੇ ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ ਮੁਲਕ ਵਿੱਚ ਕਰੋਨਾ ਮਰੀਜ਼ਾਂ ਦੀ ਤਾਦਾਦ ਇਸ ਵੇਲੇ 14612 ਹੈ ਨੈਸ਼ਨਲ ਕਮਾਂਡ ਤੇ ਆਪਰੇਸ਼ਨ ਸੈਂਟਰ ਦੇ ਮੁਤਾਬਕ ਇਹਨਾਂ ਵਿੱਚ ਪੰਜਾਬ ਵਿੱਚ 5730 ਸਿੰਧ ਵਿੱਚ 5291 ਖੈਬਰ ਪਖਤੂਨਖਾ ਵਿੱਚ ਮਰੀਜ਼ ਨੇ ਤੇ بلوچستان ਵਿੱਚ 915 ਗਿਲਗੀਤ ਬਲਤੀਸਤਾਨ ਵਿੱਚ 330 اسلام آباد ਵਿੱਚ 297 ਤੇ ਆਜ਼ਾਦ ਕਸ਼ਮੀਰ ਵਿੱਚ 65 ਮਰੀਜ਼ ਨੇ ਇਸ ਵਬਾਹਤ ਤੋਂ ਹੁਣ ਤੱਕ 3233 ਬੰਦੇ ਤੰਦਰੁਸਤ ਜਿੱਤ ਕੇ 24 ਘੰਟਿਆਂ ਵਿੱਚ 11 ਹੋਰ ਬੰਦੇ ਫੌਤ ਹੋਣ ਨਾਲ ਮਰਨ ਵਾਲਿਆਂ ਦੀ ਤਾਦਾਦ 312 ਹੋ ਗਈ ਹੈ ਪੰਜਾਬ ਦੇ ਕਾਨੂੰਨ ਦੇ وزیر ਆਜਬਿਸ਼ਾਰਤ ਨੇ ਬੱਚਿਆਂ ਦੇ تحفظ ਦੇ ਬਿਊਰੋ ਦਾ ਦੌਰਾ ਕੀਤਾ। ਉਹਨਾਂ ਬਿਊਰੋ ਦੇ ਮੁਲਾਜ਼ਮਾਂ ਇੰਚ ਰਾਸ਼ਨ ਵੰਡਿਆ ਤੇ ਉੱਥੇ ਬੱਚਿਆਂ ਨੂੰ ਦਿੱਤੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਸੁਭਾਈ وزیر ਨੇ ਸੁਰਤ-ਏ-ਹਾਲ ਉੱਤੇ ਤਸੱਲੀ ਜ਼ਾਹਰ ਕੀਤੀ। ਬਾਅਦ ਵਿੱਚ ਮੀਡੀਆ ਨਾਲ ਗੱਲਾਂ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਬੱਚਿਆਂ ਨੂੰ ਬਿਹਤਰੀਨ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਉਹਨਾਂ ਕਿਹਾ ਕਿ ਲਾਕਡਾਊਨ ਦੀ ਸੁਰਤ-ਏ-ਹਾਲ ਵਿੱਚ ਬੱਚਿਆਂ ਦੇ تحفظ ਲਈ ਮੁਅਸਰ ਕਾਰਵਾਈਆਂ ਕੀਤੀਆਂ ਗਈਆਂ ਨੇ। ਉਨਾ ਪਿਊਰੋ ਦੀ ਚੇਅਰਪਰਸਨ ਸਾਰਾ ਅਹਿਮਦ ਦੀ ਕਾਰਕਰਦਗੀ ਨੂੰ ਸਲਾਇਆ ਪੰਜਾਬ ਦੇ ਚੀਫ ਸਕੱਤਰ ਜਵਾਦ ਰਫੀਕ ਮਲਿਕ ਨੇ ਸਾਰੇ ਇੰਤਜ਼ਾਮੀ ਤੇ ਪੁਲਿਸ ਅਫਸਰਾਂ ਨੂੰ ਕਿਹਾ ਹੈ ਕਿ ਹਕੂਮਤੀ ਏਜੰਡੇ ਉੱਤੇ ਹੰਗਾਮੀ ਬੁਨਿਆਦਾਂ ਉਤੇ ਅਮਲ ਕੀਤਾ ਜਾਏ ਤਾਂ ਜੋ ਕੋਰੋਨਾ ਵਾਇਰਸ ਡੇਂਗੂ ਜ਼ਖੀਰਾ ਅੰਦਾਜ਼ਾ ਨਾਜਾਇਜ਼ ਮੁਨਾਫਾ ਖੋਰਾਂ ਦੇ ਖਿਲਾਫ ਮؤਸਰ ਕਾਰਵਾਈ ਕਰਕੇ ਲੋਕਾਂ ਨੂੰ ਸਹੂਲਤ ਦਿੱਤੀ ਜਾ ਸਕੇ ਉਹਨਾਂ ਇਹ ਗੱਲ ਲਾਹੌਰ ਵਿੱਚ ਇੱਕ اجلاس ਤੇ ਸਦਾਰਤ ਕਰਦੇ ਹੋਏ ਆਏ ਕਿ ਚੀਫ ਸੈਕਟਰੀ ਦਾ ਕਹਿਣਾ ਸੀ ਕਿ ਸਾਰੇ ਅਫਸਰਾਂ ਨੂੰ ਆਪਣੀ ਕਾਰਕਰਦਗੀ ਚੰਗੀ ਬਣਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਆਮ ਇਸਤੇਮਾਲ ਦੀਆਂ ਸ਼ਾਵਾਂ ਦੀਆਂ ਕੀਮਤਾਂ ਉੱਤੇ ਕਾਬੂ ਪਾਣ ਉੱਤੇ ਵੀ ਤਵੱਜੋ ਦਿੱਤੀ ਜਾਏਗੀ ਕਿਉਂ ਜੇ ਇਸ ਸਾਲ ਕਰੋਨਾ ਵਬਾ ਦੀ ਵਜ੍ਹਾ ਤੋਂ ਸਸਤੇ ਰਮਜ਼ਾਨ ਬਾਜ਼ਾਰ ਨਹੀਂ ਲਾ ਜਾ ਸਕੇ ਉਹਨਾਂ ਕਿਹਾ ਕਿ ਉਹ ਨਾਜਾਇਜ਼ ਮੁਨਾਫਾ ਖੋਰਾਂ ਅੰਤ ਜ਼ਖੀਰਾਂ ਦੋਜ਼ਾਂ ਦੇ ਖਿਲਾਫ ਕਾਰਵਾਈਆਂ ਦੀ ਆਪੇ ਨਿਗਰਾਨੀ ਕਰਨਗੇ ਖਬਰਾਂ ਖਤਮ ਹੋਈਆਂ